ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ। ਅੰਮ੍ਰਿਤਸਰ ਦੇ ਮਕਬੂਲਪੁਰਾ ਵਿੱਚ ਇੱਕ ਕੁੜੀ ਨੇ ਆਪਣੇ ਨਵੇਂ ਅਸ਼ਕ ਨਾਲ ਮਿਲ ਕੇ ਪੁਰਾਣੇ 'ਤੇ ਗੋਲੀਆਂ ਚਲਵਾ ਦਿੱਤੀਆਂ। ਦਰਅਸਲ ਮਕਬੂਲਪੁਰਾ ਦੇ ਰਣਬੀਰ ਤੇ ਕੁਸਮਪ੍ਰੀਤ ਵਿਚਾਲੇ 7ਵੀਂ ਕਲਾਸ ਵਿੱਚ ਪਿਆਰ ਦੀ ਪਿੰਗ ਪੈ ਗਈ। ਜਵਾਨੀ ਵਿੱਚ ਕੁਸਮ ਦਾ ਅਫੈਰ ਯੋਧਾ ਨਾਮ ਦੇ ਕਿਸੇ ਹੋਰ ਮੁੰਡੇ ਨਾਲ ਹੋ ਗਿਆ। ਇਹ ਗੱਲ ਰਣਬੀਰ ਨੂੰ ਨਾਗਵਾਰ ਗੁਜ਼ਰੀ ਤੇ ਜਦੋਂ ਉਸਨੇ ਇਤਰਾਜ਼ ਜਤਾਇਆ ਤਾਂ ਕੁਸਮ ਨੇ ਆਪਣੇ ਨਵੇਂ ਅਸ਼ਕ ਨਾਲ ਮਿਲ ਕੇ ਰਣਬੀਰ ਦੇ ਘਰ ਜਾ ਕੇ ਗੁੰਡਾਗਰਦੀ ਦਿਖਾਈ। ਹੱਦ ਤਾਂ ਉਦੋਂ ਹੋ ਗਈ ਜਦੋਂ ਯੋਧਾ ਨੇ ਰਣਬੀਰ ਤੇ 5 ਫੈਰ ਕਰ ਦਿੱਤੇ, ਜਿਸ ਵਿੱਚ ਰਣਬੀਰ ਬਾਲ ਬਾਲ ਬਚ ਗਿਆ। ਪਰ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਜਿੱਥੇ ਕੁਸਮ ਤੇ ਯੋਧਾ ਹੋਰ ਮੁੰਡਿਆਂ ਤੇ ਕੁੜੀਆਂ ਨਾਲ ਮਿਲ ਕੇ ਗੁੰਡਾਗਰਦੀ ਕਰਦੇ ਦਿਖਾਈ ਦੇ ਰਹੇ ਨੇ। ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਕੁਸਮ ਤੇ ਉਸਦੇ ਸਾਥੀਆਂ ਨੂੰ ਦਬੋਚ ਲਿਆ ਏ। ਜਾਂਚ ਵਿੱਚ ਪਤਾ ਲੱਗਾ ਕਿ ਕੁਸਮ, ਯੋਧਾ ਤੇ ਉਸਦੇ ਸਾਥੀ ਪੇਸ਼ੇ ਤੋਂ ਮੁਜ਼ਰਿਮ ਨੇ। ਪੁਲਿਸ ਨੇ ਇਸ ਮਾਮਲੇ ਵਿੱਚ ਫਰਾਰ ਹੋਏ 2 ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਰ, ਮਾਮਲਾ ਇਹ ਆ, 7ਵੀਂ ਕਲਾਸ ਤੋਂ ਕੁਸਮਪ੍ਰੀਤ ਕੌਰ ਨਾਲ ਕੁੜੀ ਆ, ਸਾਡੇ ਰਿਲੇਸ਼ਨ ਰਹੇ ਆ। ਸਰ, 7-8 ਮਹੀਨੇ ਪਹਿਲਾਂ ਕੁਸਮ ਨਾਂ ਦੀ ਲੜਕੀ ਦੇ ਸਰ ਕਿਸੇ ਹੋਰ ਨਾਲ ਰਿਲੇਸ਼ਨ ਬਣ ਗਈ ਸੀ। ਠੀਕ ਆ ਸਰ, 2 ਦਿਨ ਪਹਿਲਾਂ ਮੈਨੂੰ ਫੋਨ ਆਏ ਅਤੇ ਸਰ ਗਾਲੋ ਗਾਲ ਹੋਣ ਲੱਗੇ। ਸਰ, ਉਹਦੇ ਜਿਹੜਾ ਫਰੈਂਡ ਸੀ ਯੋਧਾ ਨਾਂ ਦਾ, ਸਰ ਉਹਨੇ ਹੀ ਮੈਨੂੰ ਗਾਲਾਂ ਕੱਢੀਆਂ। ਸਰ, ਜਦੋਂ ਮੈਂ ਵੀ ਗੱਡੀਆਂ ਰਾਤ ਸਰ 30 ਤਰੀਕ ਨੂੰ ਇਹ 11:30 ਵਜੇ ਆਪਣੇ ਫਰੈਂਡ ਨੂੰ ਲੈ ਕੇ, ਯੋਧਾ ਜਿਹਦੇ ਨਾਲ ਇਹਦੇ ਨਵੇਂ ਰਿਲੇਸ਼ਨ ਬਣੇ ਆ, ਸਰ ਉਹਨੂੰ ਲੈ ਕੇ ਇਹਨਾਂ ਨੇ ਸਾਡੇ ਪਹਿਲਾਂ ਇੱਟਾਂ ਚਲਾਈਆਂ। ਠੀਕ ਹੈ ਸਰ, ਨਾਲੇ ਗੋਲੀ ਚਲਾਈਆਂ, ਸਿੱਧੀਆਂ ਚਲਾਈਆਂ। ਸਰ, ਇੱਕ ਕੁਸਮਪ੍ਰੀਤ ਕੌਰ ਨਾਲ ਉਹਦਾ ਫਰੈਂਡ ਯੋਧਾ, ਸਰ ਨਾਲ ਇੱਕ ਰਾਜਨ ਆ, ਠੀਕ ਆ, ਉਫ ਘੁੱਗੀ, ਸਰ ਸੰਜੂ ਨਾਂ ਦੀ ਕੁੜੀ ਆ, ਸਰ 3 ਅਣਪਛਾਤੇ ਲੜਕੇ। ਹਾਂਜੀ, ਹਾਂਜੀ ਸਰ, ਇਕੱਠੇ ਰਾਤ ਨੂੰ ਘੁੰਮਦੇ ਪਏ ਸੀ। ਹਾਂਜੀ, ਅਤੇ ਜਿਹਨਾਂ 'ਚੋਂ 2 ਲੜਕੀਆਂ ਅਤੇ ਇੱਕ ਲੜਕਾ ਗ੍ਰਿਫਤਾਰ ਕਰ ਲਿਆ, ਬਾਕੀ 4 ਲੜਕੇ ਅਤੇ ਮੇਨ ਦੋਸ਼ੀ ਅਤੇ ਪਿਸਟਲ ਬਰਾਮਦ ਕਰਨ ਵਾਲਾ ਬੱਚੀ ਹੈ। ਇਹਨਾਂ ਕੋਲ ਦੌਰਾਨੀ ਚੈਕਿੰਗ ਨਾਕਾ ਲਾਇਆ ਹੈ ਇਹਦੇ ਨਾਲ ਮੈਡਮ ਮਕਬੂਲਪੁਰੇ ਚੌਂਕ 'ਚ। ਇਹਨਾਂ ਕੋਲੋਂ 70 ਗ੍ਰਾਮ ਹੀਰੋਇਨ ਅਤੇ 2.5 ਲੱਖ ਦੇ ਕਰੀਬ ਭਾਰਤੀ ਕਰੰਸੀ ਅਤੇ ਬ੍ਰੀਜਾ ਗੱਡੀ ਨਵੀਂ। ਹਾਂਜੀ, ਹੀਰੋਇਨ ਵਿੱਚ ਤਾਂ ਜਿੰਨੇ ਵਾਲੇ ਕਰਦੇ ਗਾ, ਜਿੰਨੇ ਵਾਲੇ ਦੇ ਵਾਸੀ ਨੇ, ਜਿੰਨੇ ਵਾਲੇ ਜਿਹੜੇ ਮੇਨ 2 ਬੰਦੇ ਬਾਕੀ ਆ, ਯੋਧਾ ਅਤੇ ਇੱਕ ਦੋਸ਼ੀ ਹੋਰ ਆ ਕਿਸ਼ਨ। ਉਹਨਾਂ ਨੂੰ ਇਹਨਾਂ ਨੂੰ ਪ੍ਰੈਸ਼ਨ ਰਿਮਾਂਡ 'ਤੇ ਲਿਆ ਕੇ ਅਤੇ ਗਾਂ ਅਗਲੀ ਪੁੱਛਗਿੱਛ ਕੀਤੀ ਜਾਊਗੀ। ਇਸ ਘਟਨਾ ਨੇ ਇੱਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਪਿਆਰ ਦੇ ਚੱਕਰ ਖਤਰਨਾਕ ਹੁੰਦੇ ਨੇ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।